ਸਤਿ ਸ਼੍ਰੀ ਅਕਾਲ ਵੀਡੀਓ ਵੇਖ ਰਹੇ ਸਭ ਨੂੰ ਜੀ, ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ JNN ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਆਬਕਾਰੀ ਨੀਤੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਅੱਜ 21 ਦਸੰਬਰ ED ਸਾਹਮਣੇ ਪੇਸ਼ ਨਹੀਂ ਹੋਣਗੇ। ਉਹਨਾਂ ਨੇ ED ਦੇ ਸਮਾਨਾਂ ਦਾ ਜਵਾਬ ਭੇਜਦਿਆਂ ਕਿਹਾ ਹੈ ਕਿ ਮੈਂ ਹਰ ਕਾਨੂੰਨ ਸਮਪਣ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ, ਪਰ ਇਹ ਸੰਮਣ ਪਿਛਲੇ ਸੰਮਣਾਂ ਵਾਂਗੂ ਗੈਰ ਕਾਨੂੰਨੀ ਹੈ। ਸੰਮਣ ਵਾਪਸ ਲੈਣ ਜਾਣ ED ਦੇ ਸੰਮਣ ਰਾਜਨੀਤੀ ਤੋਂ ਪ੍ਰੇਰਿਤ ਪਿਛਲੇ ਦੀ ਤਰ੍ਹਾਂ ਇਹ ਸੰਮਣ ਵੀ ਗੈਰ ਕਾਨੂੰਨੀ ਹੈ। ਇਸ ਲਈ ਸੰਮਣ ਵਾਪਸ ਲਏ ਜਾਣ ਮੈਂ ਆਪਣਾ ਜੀਵਨ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬਤੀਤ ਕਰਨਾ ਹੈ। ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ED ਸਾਹਮਣੇ ਪੇਸ਼ ਨਹੀਂ ਹੋਣਗੇ। ਉਹ 10 ਦਿਨਾਂ ਲਈ ਵਿਪਾਸਨ ਮੈਡੀਟੇਸ਼ਨ ਕੋਰਸ ਲਈ ਬੁੱਧਵਾਰ ਨੂੰ ਕਿਸੇ ਅਣਦੱਸੀ ਥਾਂ ਲਈ ਰਵਾਨਾ ਹੋਣ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੇਜਰੀਵਾਲ ਨੇ ਮੰਗਲਵਾਰ ਨੂੰ ਵਿਪਾਸਨਾ ਕੋਰਸ ਲਈ ਰਵਾਨਾ ਹੋਣਾ ਸੀ, ਪਰ ਭਾਰਤ ਮੀਟਿੰਗ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਉਹ ਬੁੱਧਵਾਰ ਦੁਪਹਿਰ ਕਰੀਬ 1:30 ਵਜੇ ਪੂਨਮ ਨਿਰਧਾਰਤ ਮੈਡੀਟੇਸ਼ਨ ਕੋਰਸ ਲਈ ਰਵਾਨਾ ਹੋਇਆ। ਇੱਥੇ ਪਾਰਟੀ ਦੇ ਵਕੀਲ ED ਦੇ ਨੋਟਿਸ ਦਾ ਅਧਿਐਨ ਕਰ ਰਹੇ ਹਨ ਅਤੇ ਢੁਕਵਾਂ ਜਵਾਬ ਦੇਣਗੇ। ਦਿੱਲੀ ਦੇ ਅਧਿਕਾਰੀ ਭਲੇ ਹੀ ਕਿਸੇ ਅਣਜਾਣ ਜਗ੍ਹਾ 'ਤੇ ਜਾਣ ਦੀ ਗੱਲ ਕਰ ਰਹੇ ਹੋਣ, ਪਰ ਇਹ ਗੱਲ ਵੀ ਪੁਸ਼ਟੀ ਹੋਈ ਹੈ ਕਿ ਬੁੱਧਵਾਰ ਨੂੰ ਕੇਜਰੀਵਾਲ ਪੰਜਾਬ ਦੇ ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਦੂਰ ਆਨੰਦਗੜ੍ਹ ਪਿੰਡ ਦੀ ਸਥਿਤ ਵਿਪਾਸਨਾ ਮੈਡੀਟੇਸ਼ਨ ਸੈਂਟਰ 'ਚ ਮੈਡੀਟੇਸ਼ਨ ਲਈ ਪਹੁੰਚੇ। ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲੋਂ ਦਿੱਲੀ 'ਚ ਚਾਰਟਰ ਫਲਾਈਟ ਰਾਹੀਂ ਸ਼ਾਮ ਕਰੀਬ 4 ਵਜੇ ਜਲੰਧਰ ਦੇ ਆਨੰਦਪੁਰ ਹਵਾਈ ਅੱਡੇ 'ਤੇ ਪਹੁੰਚੇ। ਉੱਥੇ ਦੋਵੇਂ ਆਗੂ ਹੈਲੀਕਾਪਟਰ ਰਾਹੀਂ ਵਿਪਾਸਨਾ ਮੈਡੀਟੇਸ਼ਨ ਸੈਂਟਰ ਨੇੜੇ ਸਥਿਤ ਚੋਹਲ ਵਿੱਚ ਰਵਾਨਾ ਹੋਏ। ਮਾਨ ਚੋਹਲਾ ਵਿਖੇ ਹੀ ਰੁਕ ਜਿੱਥੇ ਉਹ ਰਾਤ ਆਰਾਮ ਕਰਨਗੇ। ਜਦਕਿ ਕੇਜਰੀਵਾਲ ਵਿਪਾਸਨਾ ਕੇਂਦਰ ਪਹੁੰਚੇ, ਉੱਥੇ ਉਸ 10 ਦਿਨ ਰਹੇਗੇ। ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਖਬਰ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੇ। ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ। ਧੰਨਵਾਦ।